सत श्री अकाल जी, तुसी देख रहे हो इंडिया न्यूज़ पंजाब। मैं लखविंदर सिंह, मेरे नाल मेरे सहयोगी राजविंदर सिंह। अज असी गल करांगे हाकी विश्व कप 2023 दी, जिहड़ा कि उड़ीसा दे विच खेडिया जा रहा है। अज भारत ने पहले मैच विच जित प्राप्त कीती है ते पंजाबियों दे पूरे देश भारत नूं इक लोहड़ी ते माघी दा तोहफा दित्ता है। ते अज असी रोचक पलां दी गल कर मैच दे रोचक पलां दी गल करांगे ते गल करांगे मेरे सहयोगी राजविंदर सिंह नाल। हां जी, अज उड़ीसा दे विच जिहड़ा भारत ते स्पेन के दरम्यान मुकाबला खेडा गया, बड़ा रोचक मुकाबला सी। जेकर इहदी पिछोकड़ की गल करिए, स्पेन ते भारत के दरम्यान जिहड़े 30 मैच होए ने, उहदे विचों 13 दे विचों जिहड़ी भारत ने जित प्राप्त की है, ते 11 मैचों के विच स्पेन नूं जित नसीब हुई है, ते उहदे विचों 6 मैच ड्रा रह चुके ने। जेकर हाकी रैंकिंग की गल करिए, जिहड़ी रैंकिंग दे विच भारत 6वें नंबर ते आ, ते स्पेन की टीम जिहड़ी उह 8वें नंबर ते आ। इस करके स्पेन नूं भी एक चंगी ते मजबूत टीम मन्निया जा रहा सीगा। पूरी कांटेदार टक्कर हुई है। पहले दो क्वार्टरां दे विच भारत हावी रहा, ते जिहड़ा आखिरी क्वार्टर रहा उहदे विच पूरी अटैकिंग गेम जिहड़ी उह स्पेन ने दिखाई है, पर उस नूं जिहड़ियां उहनां ने कोशिशां कीतीआं नूं गोल विच नहीं तब्दील कर सके, ते जिहड़ी जित आ उह भारत नूं नसीब हुई है। ते भारतीय टीम ने समूह पंजाबियों नूं ते देशवासियों नूं लोहड़ी दा ते माघी दा एक खूबसूरत तोहफा दित्ता। ਤੇ ਜੇ ਗੱਲ ਕਰੀਏ ਹਾਰਦਿਕ ਸਿੰਘ ਤੇ ਅਮਿਤ ਸਿੰਘ ਦੀ, ਉਹਨਾਂ ਨੇ ਪਹਿਲੇ ਤੇ ਦੂਜੇ ਹਾਫ ਦੇ ਵਿੱਚ ਗੋਲ ਦਾ ਕੇ ਬਹੁਤ ਬੜਤ ਦਵਾ ਦਿੱਤੀ ਭਾਰਤ ਨੂੰ, ਤਾਂ ਹੁਣ ਤੁਸੀਂ ਉਸ ਬਾਰੇ ਕੀ ਕਹਿਣਾ ਚਾਹੋਗੇ? ਜਿਹੜੇ ਅਮਿਤ ਰੋਹੀਦਾਸ ਨੇ ਗੋਲ ਕੀਤਾ ਪਹਿਲਾ, ਉਹ ਭਾਰਤੀ ਟੀਮ ਦੇ ਉਪ ਕਪਤਾਨ ਨੇ। ਹਾਰਦਿਕ ਸਿੰਘ ਉਹ ਪੰਜਾਬ ਤੋਂ ਬਿਲੋਂਗ ਕਰਦੇ ਨੇ, ਚੰਗੀ ਉਹਨਾਂ ਨੇ ਗੇਮ ਦਿਖਾਈ ਹੈ। ਜੇਕਰ ਗੱਲ ਕਰੀਏ ਪੂਰੀ ਭਾਰਤੀ ਟੀਮ ਦੇ ਵਿੱਚ, ਜ਼ਿਆਦਾਤਰ ਜਿਹੜਾ ਉਹ ਪੰਜਾਬੀ ਖਿਡਾਰੀ ਹੀ ਖੇਡ ਰਹੇ ਸਨ। ਜਰਮਨਪ੍ਰੀਤ, ਹਾਰਦਿਕ, ਮਨਦੀਪ, ਆਕਾਸ਼ਦੀਪ ਤੇ ਕਪਤਾਨੀ ਆ ਜਿਹੜੀ ਉਹ ਵੀ ਭਾਰਤ ਪੰਜਾਬ ਦੇ ਹਿੱਸੇ ਹੀ ਆ। ਹਰਮਨਪ੍ਰੀਤ ਤੇ ਆਪਣੇ ਮਨਦੀਪ ਮਿਡਫੀਲਡਰ, ਉਹਨਾਂ ਨੇ ਵੀ ਚੰਗੀ ਗੇਮ ਦਿਖਾਈ ਆ। ਕਿਤੇ ਨਾ ਕਿਤੇ ਜਿਹੜੀ ਹਰਮਨਪ੍ਰੀਤ ਦੇ ਕਪਤਾਨੀ ਦੇ ਤੌਰ ਤੇ ਪ੍ਰਦਰਸ਼ਨ ਆ, ਜਾਂ ਡਰੈਗ ਫਲਿੱਕਰ ਦੇ ਤੌਰ ਤੇ ਪ੍ਰਦਰਸ਼ਨ ਆ, ਥੋੜਾ ਨਿਰਾਸ਼ਾਜਨਕ ਰਿਹਾ। ਉਹ ਹੋਰ ਵਧੀਆ ਕਰ ਸਕਦੇ ਸੀ, ਭਾਰਤ ਹੋਰ ਗੋਲਾਂ ਦੀ ਲੀਡ ਲੈ ਸਕਦਾ ਸੀ, ਪਰ ਕੁਛ ਜਿਹੜੀਆਂ ਕੋਚਾਂ ਨੇ ਉਹ ਅਸਫਲ ਰਹੀਆਂ ਨੇ। ਜਿਵੇਂ ਦੇਖਿਆ ਆਪਾਂ ਵੀ ਜਿਹੜਾ ਪੈਨਲਟੀ ਸਟ੍ਰੋਕ ਹਰਮਨਪ੍ਰੀਤ ਦਾ, ਉਹ ਵੀ ਮਿਸ ਹੋਇਆ, ਉਹ ਵੀ ਇੱਕ ਵੱਡੀ ਅਸਫਲਤਾ ਜਿਹੜੀ ਹਰਮਨਪ੍ਰੀਤ ਦੇ ਹਿੱਸੇ ਆਈ ਹੈ। ਉਸ ਤੋਂ ਜਿਹੜੀ ਉਮੀਦ ਆ ਉਹ ਜ਼ਿਆਦਾ ਕੀਤੀ ਜਾ ਰਹੀ ਸੀ, ਕਿਉਂਕਿ ਉਹਨੂੰ ਹਾਕੀ ਫੈਡਰੇਸ਼ਨ ਨੇ ਪਿਛਲੇ 2022 ਦਾ ਪਲੇਅਰ ਆਫ ਈਅਰ ਐਲਾਨਿਆ ਹੋਇਆ, ਅਤੇ ਉਹ ਇੱਕ ਚੰਗਾ ਅਤੇ ਦਮਦਾਰ ਖਿਡਾਰੀ ਹੈ, ਤਾਂ ਹੀ ਉਸਨੂੰ ਜਿਹੜੀ ਭਾਰਤ ਦੀ ਕਪਤਾਨੀ ਸੌਂਪੀ ਗਈ ਹੈ। ਜੇ ਮੈਚ ਦੀ ਗੱਲ ਕਰੇ ਤਾਂ ਭਾਰਤ ਦੀ ਟੀਮ ਨੂੰ ਪੂਰੇ 5 ਪਲੈਂਟੀ ਕਾਰਨਰ ਮਿਲੇ ਨੇ, ਪਰ ਉਹ ਉਹਨਾਂ ਨੂੰ ਗੋਲਾਂ 'ਚ ਤਬਦੀਲ ਨਹੀਂ ਕਰ ਸਕੇ, ਇਹਦੇ ਬਾਰੇ ਤੁਸੀਂ ਕੀ ਕਹੋਗੇ? ਇਹੀ ਕਿਤੇ ਨਾ ਕਿਤੇ ਜਿਹੜੀ ਇਹ ਖਾਮੀਆਂ ਨੇ ਪੈਨਲਟੀ ਕਾਰਨਰ ਨੂੰ ਗੋਲ ਦੇ ਵਿੱਚ ਤਬਦੀਲ ਕਰਨ 'ਚ ਭਾਰਤੀ ਟੀਮ ਅਸਫਲ ਰਹੀ ਆ। ਦੋ ਫੀਲਡ ਗੋਲ ਆ ਜਿਹੜੇ, ਉਹਨਾਂ ਦੇ ਜ਼ਰੀਏ ਹੀ ਜਿਹੜੀ ਭਾਰਤੀ ਟੀਮ ਨੂੰ ਜਿੱਤ ਨਸੀਬ ਹੋਈ ਹੈ, ਅਤੇ 3 ਪੈਨਲਟੀ ਕਾਰਨਰ ਸਪੇਨ ਨੂੰ ਵੀ ਮਿਲਿਆ, ਉਹ ਵੀ ਉਹਨੂੰ ਅਸਫਲ ਰਹੇ ਆ ਤਬਦੀਲ ਕਰਨ ਦੇ ਵਿੱਚ। ਜੇਕਰ ਪਹਿਲਾਂ ਦੇ ਮੈਚਾਂ ਦੀ ਗੱਲ ਕਰੀ ਜਾਵੇ, ਚਾਹੇ ਆਸਟ੍ਰੇਲੀਆ ਦਾ ਮੈਚ ਹੋਵੇ, ਚਾਹੇ ਇੰਗਲੈਂਡ ਦਾ ਮੈਚ ਹੋਵੇ, ਉਹਨਾਂ ਨੇ ਜਿਹੜੇ ਪੈਨਲਟੀ ਕਾਰਨਰ ਆ ਉਹਨਾਂ ਨੂੰ ਗੋਲਾਂ ਦੇ ਵਿੱਚ ਤਬਦੀਲ ਕੀਤਾ, ਅਤੇ ਜਿਹੜੇ ਅਗਲੇ ਮੈਚ ਆ ਉਹਨਾਂ ਦੇ ਵਿੱਚ ਜਿਹੜੀ ਪੈਨਲਟੀ ਕਾਰਨਰ ਨੂੰ ਕਨਵਰਸ਼ਨ ਰੇਟ ਆ ਗੋਲ ਦੇ ਵਿੱਚ ਤਬਦੀਲ ਕਰਨਾ, ਉਹ ਇਹਨਾਂ ਲਈ ਇੱਕ ਜ਼ਰੂਰੀ ਆ, ਅਤੇ ਉਹਦੇ ਵੱਲ ਧਿਆਨ ਦੇਣ ਲਈ ਟੀਮ ਨੂੰ ਥੋੜ੍ਹੀ ਸਖ਼ਤ ਲੋੜ। ਜੇ ਗੱਲ ਰਾਜਵਿੰਦਰ ਸਪੇਨ ਦੀ ਕੀਤੀ ਜਾਵੇ, ਤਾਂ ਉਹਨਾਂ ਦੀ ਓਵਰਆਲ ਭਾਰਤ ਦੇ ਨਾਲ ਮੈਚ ਦੇ ਵਿੱਚ ਖੇਡ ਨੂੰ ਕਿਵੇਂ ਦੇਖਦੇ ਹੋ? ਜੇ ਸਪੇਨ ਦੀ ਗੇਮ ਦੀ ਗੱਲ ਕੀਤੀ ਜਾਵੇ, ਤਾਂ ਉਹਨਾਂ ਕੋਲ ਅਨਰੀਕ ਗੋਂਜਾਲੇਜ, ਜਿਹੜੇ ਸਪੀਡੀ ਫਾਰਵਰਡ ਦੇ ਤੌਰ ਤੇ ਜਾਣੇ ਜਾਂਦੇ ਨੇ ਬੜੇ, ਉਹਨਾਂ ਨੇ ਕਿਤੇ ਨਾ ਕਿਤੇ ਸਪੇਨ ਦੀਆਂ ਆਸਾਂ ਟਿਕੀਆਂ ਹੋਈਆਂ ਸੀਗੀਆਂ। ਇੱਕ ਮੈਂ ਤੁਹਾਨੂੰ ਹੋਰ ਬੜੀ ਦਿਲਚਸਪ ਗੱਲ ਦੱਸਦਾ, ਜੁਆਕਿਨਾ ਮਨੀਨੀ, ਇਹ ਸਪੇਨ ਦੀ ਟੀਮ ਵੱਲੋਂ ਅੱਜ ਦੂਸਰਾ ਜਾਂ ਤੀਸਰਾ ਮੈਚ ਖੇਡ ਰਹੇ ਸੀ, ਪਰ ਇਹਨਾਂ ਨੇ ਪਹਿਲਾਂ ਅਰਜਨਟੀਨਾ ਦੀ ਅੰਤਰਰਾਸ਼ਟਰੀ ਹਾਕੀ ਟੀਮ ਲਈ 110 ਮੈਚ ਖੇਡੇ ਨੇ। ਇਹ ਇੱਕ ਵੱਖਰੀ ਗੱਲ ਦੇਖਣ ਨੂੰ ਮਿਲੀ, ਇੱਕ ਅਰਜਨਟੀਨਾ ਲਈ ਪਹਿਲਾਂ ਖੇਡਣ ਵਾਲਾ ਪਲੇਅਰ ਅੱਜ ਸਪੇਨ ਦੀ ਟੀਮ ਦਾ ਹਿੱਸਾ ਬਣ ਕੇ ਭਾਰਤ ਖਿਲਾਫ ਖੇਡਿਆ। ਸਪੇਨ ਤੋਂ ਬੜੀ ਆਸਾਂ ਸੀ, ਇੱਕ ਕਾਂਟੇ ਦਾ ਟੱਕਰ ਹੋਈ ਹੈ, ਚੰਗਾ ਮੈਚ ਲੱਗਿਆ, ਪਰ ਜਿਹੜੇ ਉਹਨਾਂ ਦੇ ਅਨਰੀਕ ਗੋਂਜਾਲੇਜ ਆ, ਉਹ ਆਪਣੀ ਗੇਮ ਦੇ ਨਾਲ ਕਿਤੇ ਨਾ ਕਿਤੇ ਇਨਸਾਫ਼ ਨਹੀਂ ਕਰ ਸਕੇ। ਤੇ ਜੇ ਗੱਲ ਕਰੀਏ ਭਾਰਤ ਦੀ ਟੀਮ ਦੀ ਅੱਜ ਦੇ ਧਮਾਕੇਦਾਰ ਜਿੱਤ ਦੀ, ਤਾਂ ਭਾਰਤ ਦੇ ਓਵਰਆਲ ਪਲੇਅਰ ਵੀ ਬਹੁਤ ਫਿੱਟ ਦਿਖ ਰਹੇ ਨੇ, ਤੇ ਉਹਨਾਂ ਨੇ ਅੱਜ ਜ਼ਬਰਦਸਤ ਖੇਡ ਵੀ ਦਿਖਾਈ ਹੈ। ਟੋਟਲ ਜੇ ਸਾਰੇ ਪਲੇਅਰਾਂ ਦੀ ਗੱਲ ਕੀਤੀ ਹੈ, ਤੇ ਆਉਣ ਵਾਲੇ ਹਾਕੀ ਦੇ ਅਗਲੇ ਮੈਚਾਂ ਵਿੱਚ ਤੁਸੀਂ ਕਿਹੋ ਜਿਹੀ ਉਮੀਦ ਰੱਖਦੇ ਹੋ ਕਿ ਭਾਰਤ ਕਿਵੇਂ ਦਾ ਖੇਡ ਤੇ ਪ੍ਰਦਰਸ਼ਨ ਦਿਖਾਵੇਗੀ? ਭਾਰਤ ਦੇ ਪੂਲ ਦੇ ਵਿੱਚ ਇੰਗਲੈਂਡ ਤੇ ਵੇਲਜ਼ ਦੀ ਟੀਮਾਂ ਦੋ ਹੋਰ ਨੇ। ਵੇਲਜ਼ ਦੀ ਟੀਮ ਥੋੜੀ ਕਮਜ਼ੋਰ ਮੰਨੀ ਜਾ ਰਹੀ ਹੈ, ਕਿਉਂਕਿ ਪਹਿਲਾ ਵਾਰ ਜਿਹੜੀ ਵੇਲਜ਼ ਦੀ ਟੀਮ ਕੁਆਲੀਫਾਈ ਹੋਈ ਹੈ 15ਵੇਂ ਵਿਸ਼ਵ ਕੱਪ ਦੇ ਵਿੱਚ। ਇੰਗਲੈਂਡ ਚੰਗੀ ਟੀਮ ਆ, ਜਿਹੜਾ ਰੌਚਕ ਮੁਕਾਬਲਾ ਇੰਗਲੈਂਡ ਨਾਲ ਦੇਖਣ ਨੂੰ ਮਿਲੇਗਾ, ਉਹ ਸਮਾਂ ਤੈਅ ਕਰੇਗਾ ਭਾਰਤੀ ਟੀਮ ਜਿੱਤਦੀ ਆ ਜਾਂ ਇੰਗਲੈਂਡ ਦੀ ਟੀਮ ਜਿੱਤਦੀ ਆ।
ਜੇਕਰ ਭਾਰਤ ਨੇ 47 ਸਾਲਾਂ ਦਾ ਸੋਕਾ ਖਤਮ ਕਰਨਾ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਜਿਹੜੀਆਂ ਅੱਜ ਦੀਆਂ ਖਾਮੀਆਂ ਨੂੰ ਧਿਆਨ ਰੱਖਦੇ ਹੋਏ ਅਗਲੇ ਮੈਚ ਦੇ ਵਿੱਚ ਉਹਨਾਂ ਤੇ ਧਿਆਨ ਦੇਣ ਦੀ ਲੋੜ। ਰਾਜਵਿੰਦਰ ਆਉਣ ਵਾਲਾ ਸਮਾਂ ਤੇ ਤੈਅ ਕਰੇਗਾ ਕਿ ਭਾਰਤ ਦੀ ਸਥਿਤੀ ਕੀ ਹੋਵੇਗੀ ਵਰਲਡ ਕੱਪ ਦੇ ਵਿੱਚ। ਪਰ ਅੱਜ ਭਾਰਤ ਨੇ ਜਿੱਤ ਪ੍ਰਾਪਤ ਕਰਕੇ ਇੱਕ ਪੰਜਾਬੀਆਂ ਤੇ ਪੂਰੇ ਦੇਸ਼ ਨੂੰ ਸਮੂਹ ਲੋਹੜੀ ਦਾ ਜਿਹੜਾ ਤੋਹਫਾ ਦਿੱਤਾ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਪੰਜਾਬੀ ਖਿਡਾਰੀਆਂ ਦਾ, ਕਿਉਂਕਿ ਪੰਜਾਬ ਦੇ 8 ਖਿਡਾਰੀ ਖੇਡ ਰਹੇ ਹਨ। ਤਾਂ ਕਰਕੇ ਗੱਲ ਪੰਜਾਬੀਆਂ ਨੂੰ ਬਹੁਤ ਹੀ ਮਾਣ ਤੇ ਫਖਰ ਮਹਿਸੂਸ ਹੋਣਾ ਚਾਹੀਦਾ ਵੀ ਪੰਜਾਬੀਆਂ ਨੇ ਉੜੀਸਾ ਦੇ ਵਿੱਚ ਆਪਣੀ ਖੇਡ ਦਾ ਜ਼ਬਰਦਸਤ ਲੋਹਾ ਮਨਵਾਇਆ। ਅੱਜ ਇੱਕ ਹੋਰ ਤੁਹਾਨੂੰ ਮੈਂ ਗੱਲ ਦੱਸਦਾ, ਜਿਹੜਾ ਭਾਰਤੀ ਗੋਲਕੀਪਰ ਪ੍ਰੀਤ ਸ਼੍ਰੀ ਜੇਸ ਹੈ ਉਹ ਬੜਾ ਤਜਰਬੇਕਾਰ ਆ, ਲਗਾਤਾਰ ਆਪਣਾ ਚੌਥਾ ਵਿਸ਼ਵ ਕੱਪ ਖੇਡ ਲਿਆ, ਬੜਾ ਲੰਮੇ ਟਾਈਮ ਤੋਂ ਭਾਰਤੀ ਟੀਮ ਨਾਲ ਜੁੜਿਆ ਹੋਇਆ। ਪਰ ਅੱਜ ਇੱਕ ਪੰਜਾਬੀ ਗੋਲਕੀਪਰ ਕ੍ਰਿਸ਼ਨ ਪ੍ਰਤਾਪ ਨੂੰ ਇਸ ਮੈਚ ਦੇ ਵਿੱਚ ਖੇਡਣ ਦਾ ਮੌਕਾ ਮਿਲਿਆ। ਕਪੂਰਥਲੇ ਤੋਂ ਉਹਨਾਂ ਦੀ ਬੈਕਗ੍ਰਾਊਂਡ ਆ, ਉਹਨਾਂ ਨੇ ਵੀ ਅੱਜ ਪਹਿਲੇ ਕੁਆਟਰ ਦੇ ਵਿੱਚ ਚੰਗੀ ਗੋਲਕੀਪਿੰਗ ਦਾ ਨਜ਼ਾਰਾ ਕੀਤਾ। ਤਾਂ ਕਿਤੇ ਨਾ ਕਿਤੇ ਪੰਜਾਬੀਆਂ ਨੇ, ਚਾਹੇ ਉਹ ਫੀਲਡ ਦੀ ਗੱਲ ਹੋਵੇ, ਚਾਹੇ ਉਹ ਗੋਲਕੀਪਿੰਗ ਦੀ ਗੱਲ ਹੋਵੇ, ਮਿਡ ਫੀਲਡਿੰਗ ਦੀ ਗੱਲ ਹੋਵੇ, ਡਿਫੈਂਸ ਦੀ, ਫਾਰਵਰਡ ਦੀ, ਸਾਰੇ ਕਿਤੇ ਪੰਜਾਬੀ ਅੱਜ ਛਾਏ ਹੋਏ ਨੇ। ਤੇ ਕੇਰਲ ਦੇ ਗੋਲਕੀਪਰ ਨੇ ਵੀ ਆਪਣੀ ਬਹੁਤ ਚੰਗੀ ਗੇਮ ਦਿਖਾਈ ਹੈ। ਉਹਨਾਂ ਦੀ ਗੇਮ ਵਾਸਤੇ ਤੁਸੀਂ ਕੀ ਕਹੋਗੇ? ਤੇ ਉਹਨਾਂ ਨੂੰ ਹਾਕੀ ਦਾ ਬਹੁਤ ਲੰਬਾ ਐਕਸਪੀਰੀਅੰਸ ਹੈ, ਕਿਉਂਕਿ ਉਹ ਪਿਛਲੇ ਕਾਫੀ ਸਮੇਂ ਤੋਂ ਹਾਕੀ ਦੇ ਵਿੱਚ ਭਾਰਤ ਲਈ ਖੇਡਦੇ ਆਏ ਨੇ। ਉਹਨਾਂ ਜਿਹੜੇ ਭਾਰਤੀ ਗੋਲਕੀਪਰ ਜੇਸ ਨੇ, ਉਹਨਾਂ ਨੇ ਕਰੀਬ 250 ਤੋਂ ਉੱਪਰ ਮੈਚ ਖੇਡ ਚੁੱਕੇ ਨੇ। ਉਹ ਇੱਕ ਚੋਟੀ ਦੇ ਜਿਹੜੇ ਗੋਲਕੀਪਰ ਆ ਉਹਨਾਂ ਦੇ ਵਿੱਚ ਉਹਨਾਂ ਦਾ ਨਾਮ ਸ਼ੁਮਾਰ ਹੈ। ਉਹਨਾਂ ਨੇ ਅੱਜ ਆਪਣੀ ਜੋ ਗੇਮ ਜਿਹਦੇ ਕਰਕੇ ਉਹ ਜਾਣੇ ਜਾਂਦੇ ਨੇ, ਇੱਕ ਚੀਨ ਦੀ ਕੰਧ ਵੀ ਉਹਨਾਂ ਨੂੰ ਕਹਿ ਸਕਦੇ ਹਾਂ, ਬੜੇ ਅੱਜ ਉਹਨਾਂ ਨੇ ਪੈਨਲਟੀ ਕਾਰਨਰ ਇੱਕ ਦੋ ਬੜੇ ਵਧੀਆ ਸੇਵਿੰਗਸ ਕੀਤੀਆਂ ਨੇ। ਤਾਂ ਉਹ ਜਿਹੜੇ ਗੋਲਕੀਪਰ ਨੇ ਉਹਨਾਂ ਨੇ ਆਪਣੀ ਗੇਮ ਪੂਰੀ ਦਮਦਾਰ ਦਿਖਾਈ ਹੈ। ਤਾਂ ਜੇ ਆਪਾਂ ਗੱਲ ਕਰੀਏ ਵਿਸ਼ਵ ਹਾਕੀ ਕੱਪ ਦੀ, ਤਾਂ ਭਾਰਤ ਦੀ ਟੀਮ ਨੇ ਅੱਜ ਆਪਣਾ ਜ਼ਬਰਦਸਤ ਖੇਡ ਦਿਖਾਇਆ ਤੇ ਅਸੀਂ ਅੱਗੇ ਵੀ ਉਮੀਦ ਰੱਖਦੇ ਹਾਂ ਵੀ ਇੱਕ ਜ਼ਬਰਦਸਤ ਖੇਡ ਐਦੀ ਜਾਰੀ ਰੱਖਣਗੇ ਤੇ ਇਸ ਪੇਸ਼ ਵਾਰ ਕੱਪ ਜਿਹੜਾ ਵਰਲਡ ਕੱਪ ਦਾ ਜਿੱਤਣ ਦਾ ਸੁੱਖ ਹੈ ਉਹ ਖਤਮ ਕਰਨਗੇ ਤੇ ਭਾਰਤ ਲਈ, ਭਾਰਤ ਦੀ ਧਰਤੀ ਤੇ ਭਾਰਤ ਲਈ ਵਿਸ਼ਵ ਕੱਪ ਇੱਥੇ ਰੱਖਣਗੇ। ਧੰਨਵਾਦ।